ਵੀ ਇੱਕ ਗਲਾਸ ਬੁੱਢੇ ਨਾਲ ਦਾ ਪਾਣੀ ਪੀਓ ਅਤੇ 2000 ਰੁਪਏ ਇਨਾਮ ਪਾਓ। ਜੇ 10 ਗਲਾਸ ਪਾਣੀ ਪੀਓਗੇ ਤਾਂ ਇਕੱਠੇ 21000 ਰੁਪਇਆ ਮਿਲੂਗਾ। ਅਗਰਾ ਉਹ ਵੀ ਪੇਮੈਂਟ ਚੈੱਕ ਰਾਹੀਂ ਦੁਆਰਾ ਕੀਤੀ ਜਾਊਗੀ। ਕਿਰਾ ਸਾਨੂੰ 74 ਦੇ ਵਿੱਚ ਮੈਂ ਆਪ ਖੁਦ ਇਸ ਬੁੱਢੇ ਨਾਲੇ ਦੇ ਵਿੱਚ ਆਪ ਨਹਾਤਾ ਹੋਇਆ, ਕੱਪੜੇ ਧੋਤੇ ਹੋਏ, ਗੱਡੀ ਧੁੱਤੀ ਹੋਈ। ਨੰਬਰ 1 ਦਾ ਰੁਪਇਆ ਮਿਲੂਗਾ, ਖਾਲੀ ਕਿਸੇ ਦਾ ਜਾਣਾ ਕੋਈ ਨਹੀਂ। ਕਿਰਾ ਇੰਨਾ ਸਾਫ਼ ਪਾਣੀ ਸੀ, ਪਰਲੇ ਪਾਸੇ ਭਾਰਤ ਮੋਟਰ ਟਰਾਂਸਪੋਰਟ ਦੀ ਮੈਂ ਟਰੱਕ ਚਲਾਉਂਦਾ ਸੀਗਾ। ਸਾਡੇ ਲੀਡਰ ਸਿਆਸਤ ਕਰਦੇ ਆ, ਸਾਡੇ ਜਵਾਕ ਕੈਂਸਰ ਨਾਲ ਮਰ ਰਹੇ ਆ। ਐਮਐਲਏ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਜਿਵੇਂ ਮੁੰਡਾ ਕੁੜੀ ਨੂੰ ਦੇਖਿਆ ਜਾਂਦਾ, ਕੁੜੀ ਮੁੰਡੇ ਨੂੰ ਦੇਖਿਆ ਜਾਂਦੀ ਆ, ਤੁਸੀਂ ਉਵੇਂ ਬੁੱਢੇ ਨਾਲ ਦੇਖਣ ਤੁਰ ਪੈਂਦੇ ਹੋ, ਤਾਂ ਕੰਮ ਦਾ ਕੋਈ ਹੁੰਦਾ ਨਹੀਂ। ਕਿਰਾ ਵੀ ਜਿਹੜੇ ਫੈਕਟਰੀਆਂ ਵਾਲੇ ਹੈਗੇ ਆ ਉਹਨਾਂ ਦੇ ਪਰਚਾ ਕੱਟਿਆ ਜਾਵੇ। ਕਿਰਾ ਮੈਨੂੰ ਸਮਝ ਨਹੀਂ ਆਉਂਦੇ ਵੀ ਜਿਹੜੇ ਫੈਕਟਰੀਆਂ ਦੇ ਵਿੱਚ ਗੰਦ ਪਾਉਂਦੇ ਆ ਉਹ ਇਹਨਾਂ ਦੇ ਪਤਾ ਨਹੀਂ ਲੱਗਦੇ ਆ ਕਿਉਂ ਨਹੀਂ ਕਾਰਵਾਈ ਕਰਦੇ। ਔਰ ਰੁਪਈਏ ਤਾਂ ਚੱਕੀ ਫਿਰਦੇ ਆ, 650 ਗ੍ਰਾਮ ਰਿਵਣੀ ਦੀ ਪੱਟੂ ਦੇ ਨਹੀਂ ਪਤਾ ਲੱਗਿਆ ਕਿੱਥੇ ਰੱਖੇ ਆ, ਕਿਹੜੀ ਬੈਂਕ 'ਚ ਆ। ਹੁਣ ਉਹ ਆ ਗਏ, ਹੁਣ ਨਵਾਂ 650 ਆ ਗਿਆ। ਅਤੇ ਆਸੂ ਜੀ ਨੇ ਤਾਂ ਨਵਾਂ ਪੰਗਾ ਲੈ ਲਿਆ ਸੀਗਾ, ਉਹਨੇ ਬੁੱਢੇ ਨਾਲੇ ਵਿੱਚ ਸਾਫ਼ ਪਾਣੀ ਪਾਤਾ, ਕਹਿੰਦੇ 200 ਕਰੋੜ ਲੱਗ ਗਿਆ। ਮੌਜੂਦਾ MLA MP ਜਿਹੜੇ ਸਾਬਕਾ MLA MP ਜਿਨ੍ਹਾਂ ਨੇ ਬੁੱਢੇ ਨਾਲੇ 'ਤੇ ਸਿਆਸਤ ਕੀਤੀ ਉਹਨਾਂ ਵਾਸਤੇ, ਜਿਨ੍ਹਾਂ ਨੇ ਬੁੱਢੇ ਨਾਲੇ 'ਤੇ ਸਿਆਸਤ ਕੀਤੀ ਆ ਉਹਨਾਂ ਵਾਸਤੇ ਟੀਟੂ ਬਾਣੀ ਇੱਕ ਬੰਪਰ ਔਫਰ ਲੈ ਕੇ ਆਇਆ ਵਾ ਵੀ ਇੱਕ ਗਲਾਸ ਬੁੱਢੇ ਨਾਲੇ ਦਾ ਪਾਣੀ ਪੀਓ ਅਤੇ 2000 ਰੁਪਏ ਇਨਾਮ ਪਾਓ। ਜੇ 10 ਗਲਾਸ ਪਾਣੀ ਪੀਓਗੇ ਤਾਂ ਇਕੱਠੇ 21000 ਰੁਪਇਆ ਮਿਲੂਗਾ। ਅਗਰਾ ਉਹ ਵੀ ਪੇਮੈਂਟ ਚੈੱਕ ਰਾਹੀਂ ਦੁਆਰਾ ਕੀਤੀ ਜਾਊਗੀ। ਕਿਰਾ ਨੰਬਰ 1 ਦਾ ਰੁਪਈਆ ਮਿਲੂਗਾ, ਖਾਲੀ ਕਿਸੇ ਦਾ ਜਾਣਾ ਕੋਈ ਨਹੀਂ। ਕਿਰਾ ਪਾਣੀ ਪੀਓ, ਪੈਸੇ ਪਾਓ, ਕਿਉਂਕਿ ਇਹ ਸਕੀਮ ਹੈਗੀ ਅਸੀਂ ਦੁਖੀ ਹੋ ਕੇ ਕੀਤੀ ਆ। ਸਾਡੇ ਲੀਡਰ ਸਿਆਸਤ ਕਰਦੇ ਆ, ਸਾਡੇ ਜਵਾਕ ਕੈਂਸਰ ਨਾਲ ਮਰ ਰਹੇ ਆ, ਬਿਮਾਰੀਆਂ ਨਾਲ ਮਰ ਰਹੇ ਆ, ਪਰ ਜਿਹੜੇ ਹੈਗੇ ਆ ਹੁਣ ਆਮ ਆਦਮੀ ਪਾਰਟੀ ਵਾਲੇ ਆ ਬੁੱਢਾ ਨਾਲਾ ਦੇਖਣ ਚਲੇ ਜਾਂਦੇ ਆ। ਕਦੇ ਕੋਈ ਦੇ ਗਿਆ, ਕਦੇ ਕੋਈ ਦੇ ਗਿਆ, ਕਿਸੇ ਤਾਂ ਪੱਥਰ ਵੀ ਲਾਤਾ 650 ਕਰੋੜ ਦਾ ਜਿਵੇਂ ਰਿਵਰੀ ਦੀ ਬਿੱਟੂ ਨੇ ਲਾਇਆ ਸੀਗਾ। ਮੈਂ MLA ਨੂੰ ਪੁੱਛਣਾ ਚਾਹੁੰਦਾ ਵਾਂ ਵੀ ਜਿਵੇਂ ਮੁੰਡਾ ਕੁੜੀ ਨੂੰ ਦੇਖਿਆ ਜਾਂਦਾ, ਕੁੜੀ ਮੁੰਡੇ ਨੂੰ ਦੇਖਿਆ ਜਾਂਦੀ ਆ, ਤੁਸੀਂ ਉਵੇਂ ਬੁੱਢੇ ਨਾਲ ਦੇਖਣ ਤੁਰ ਪੈਂਦੇ ਹੋ, ਤਾਂ ਕੰਮ ਦਾ ਕੋਈ ਹੁੰਦਾ ਨਹੀਂ। ਕਿਰਾ ਸਪੀਕਰ ਸਾਹਿਬ ਆਏ ਸੀਗੇ, ਉਹਨਾਂ ਨੇ ਕਿਉਂ ਨਹੀਂ ਆਖਿਆ ਵੀ ਜਿਹੜੇ ਫੈਕਟਰੀਆਂ ਵਾਲੇ ਹੈਗੇ ਆ ਉਹਨਾਂ ਦੇ ਪਰਚਾ ਕੱਟਿਆ ਜਾਵੇ। ਕਿਰਾ ਉਹਨਾਂ ਨੂੰ ਜੇਲ੍ਹਾਂ ਵਿੱਚ ਭਰੋ, 307-302 ਦੇ ਪਰਚੇ ਕੱਟੇ ਹੋ। ਸਾਡੇ ਜਵਾਕ ਜਿਹੜੇ ਮਰ ਗਏ ਆ, ਕਿਰਾ ਮਾਰੇ ਆ ਉਹਨਾਂ ਨੇ। ਕਿਰਾ ਅਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਵੀ ਉਹਨਾਂ ਨੂੰ ਅੰਦਰ ਦਿਓ, ਉਹਨਾਂ ਨੂੰ ਕਿਰਾ ਵੀ ਸਿਆਸਤ ਨਾ ਕਰੋ। ਕਿਰਾ ਮੈਨੂੰ ਸਮਝ ਨਹੀਂ ਆਉਂਦੇ ਵੀ ਜਿਹੜੇ ਫੈਕਟਰੀਆਂ ਦੇ ਵਿੱਚ ਗੰਦ ਪਾਉਂਦੇ ਆ ਉਹ ਇਹਨਾਂ ਦੇ ਪਤਾ ਨਹੀਂ ਲੱਗਦੇ ਆ ਕਿਉਂ ਨਹੀਂ ਕਾਰਵਾਈ ਕਰਦੇ। ਇਹ ਗਰੀਬ ਬੰਦਾ ਮੋਟਰਸਾਈਕਲ 'ਤੇ ਜਾਂਦਾ ਵਾ, ਥੋੜ੍ਹਾ ਧੂੰਆਂ ਮਾਰ ਦੇਵੇ, ਪੁਲਿਸ ਵਾਲੇ ਚਲਾਨ ਕਰ ਦਿੰਦੇ ਆ ਵੀ ਪ੍ਰਦੂਸ਼ਣ ਕਰਤਾ ਤੁਸੀਂ ਜੀ। ਕਿਰਾ ਆਹ ਪ੍ਰਦੂਸ਼ਣ ਨਹੀਂ ਆ। ਕਿਰਾ ਟੀਟੂ ਬਾਣੀ ਦੁਖੀ ਹੋ ਕੇ ਆਇਆ ਵਾ, ਮੈਂ ਭਗਵੰਤ ਮਾਨ ਜੀ ਨੂੰ ਵਾਰਨਿੰਗ ਦਿੰਦਾ ਵਾਂ ਜੇ ਤੁਸੀਂ ਸਾਫ਼ ਕਰੋਗੇ ਟੀਟੂ ਬਾਣੀ ਆਪਣੀ ਪੂਰੀ ਫੈਮਿਲੀ ਲੈ ਕੇ ਇੱਥੇ ਭੰਗੜਾ ਪਾਊਗਾ DC ਦਫ਼ਤਰ, ਜੇ ਨਾ ਸਾਫ਼ ਕੀਤਾ ਫਿਰ ਕੁੱਤੇ ਖਾਣੀ ਵੀ ਕਰੂਗਾ ਟੀਟੂ ਬਾਣੀਆਂ। ਮੈਂ ਆਪਣੇ ਪੱਤਰਕਾਰਾਂ ਭਾਈਚਾਰੇ ਦੇ ਥਰੂ ਇਹ ਦੱਸਣਾ ਚਾਹੁੰਦਾ, ਸਾਨੂੰ 74 ਦੇ ਵਿੱਚ ਮੈਂ ਆਪ ਖੁਦ ਇਸ ਬੁੱਢੇ ਨਾਲੇ ਦੇ ਵਿੱਚ ਆਪ ਨਹਾਤਾ ਹੋਇਆ, ਕੱਪੜੇ ਧੋਤੇ ਹੋਏ, ਗੱਡੀ ਧੁੱਤੀ ਹੋਈ। ਇੰਨਾ ਸਾਫ਼ ਪਾਣੀ ਸੀ, ਪਰਲੇ ਪਾਸੇ ਭਾਰਤ ਮੋਟਰ ਟਰਾਂਸਪੋਰਟ ਦੀ ਮੈਂ ਟਰੱਕ ਚਲਾਉਂਦਾ ਸੀਗਾ ਸ਼ਿੰਗਾਰ ਸਿਨਮੇ ਵਾਲਿਆਂ ਦਾ। ਉੱਥੇ ਇੱਕ ਨਹੀਂ, ਉਹਨਾਂ ਦੇ ਜਿੰਨੇ ਵੀ ਅਸੀਂ ਹੁੰਦੇ ਸੀਗੇ ਉਹਨਾਂ ਦੇ ਟਰਾਂਸਪੋਰਟਰ ਦੇ ਕਰਿੰਦੇ ਸਾਰੇ ਤਕਰੀਬਨ ਉੱਥੇ ਨਹਾਉਂਦੇ ਰਹੇ ਆ। ਇੰਨਾ ਸਾਫ਼ ਪਾਣੀ ਸੀ, ਹੁਣ ਤਾਂ ਇਹਦੇ ਆਹ ਤੁਹਾਡੇ ਸਾਹਮਣੇ ਆ ਦੇਖ ਲਓ ਆਹ ਕੀ ਹਾਲ ਹੈ ਇਹਦੇ ਵਿੱਚ, ਆਹ ਇਹੋ ਜਿਹਾ ਬਣ ਗਿਆ। ਉਮਰ ਕਿੰਨੀ ਹੈ ਤੁਹਾਡੀ? ਉਮਰ ਕਿੰਨੀ ਹੈ? 68 ਸਾਲ ਆ ਜੀ ਮੇਰੀ। ਅੱਛਾ, ਤੁਸੀਂ ਉੱਥੇ ਨਹਾਉਂਦੇ ਰਹੇ ਹੋ? ਬਿਲਕੁਲ ਨਹਾਉਂਦਾ ਰਿਹਾ ਜੀ ਮੈਂ। ਪਾਣੀ ਬਿਲਕੁਲ ਸਾਫ਼ ਸੀਗਾ? ਮੈਂ ਨਹਾਤਾ, ਮੈਂ ਕੱਪੜੇ ਧੋਇਆ ਜੀ ਉੱਥੇ। ਕਿਹੜੇ ਸਾਲ ਜੀ? 73 'ਚ, 74 'ਚ। ਅੱਛਾ, ਹੁਣ ਪਾਣੀ ਕਿਉਂ ਗੰਦਾ ਹੋ ਗਿਆ, ਕੀ ਕਾਰਨ? ਹੁਣ ਆਹ ਜਿਹੜੇ ਡਾਈਆਂ ਵਾਲੇ ਫੈਕਟਰੀਆਂ ਨੇ ਜਿਹੜੀਆਂ ਉਹ ਪਾਈ ਜਾਂਦੇ ਵਿੱਚ, ਇਹਨਾਂ ਦੇ ਪਾਣੀ ਡੈਰੀਆਂ ਵਾਲੇ ਪਾਈ ਜਾਂਦੇ ਆ, ਜਾਂ ਹੋਰ ਨੇ ਜਿਹੜੀਆਂ ਡਾਈਆਂ ਚੱਲਦੀਆਂ ਨੇ ਫੈਕਟਰੀਆਂ, ਉਹਨਾਂ ਦਾ ਪਾਉਂਦੇ ਆ। ਸਮੇਂ ਦੀਆਂ ਸਰਕਾਰਾਂ ਨੂੰ ਕੀ ਅਪੀਲ ਕਰਨਾ? ਸਮੇਂ ਦੀਆਂ ਸਰਕਾਰਾਂ ਨੂੰ ਜੀ ਦੇਖੋ, ਇਹ ਬੁੱਢੇ ਨਾਲੇ ਦਾ ਇੱਥੋਂ ਪਾਣੀ ਹੁੰਦਾ ਕਿੱਥੇ, ਉਹ ਬੀਕਾਨੇਰ ਤੱਕ ਜਾਂਦਾ, ਉੱਥੇ ਕੈਂਸਰ ਆਸੇ ਪਾਸੇ ਸਾਰੇ ਕੈਂਸਰ ਵੰਡਦਾ ਹੈ। ਇਸ ਕਰਕੇ ਸਾਡੀ ਇਹ ਪੁਰਜ਼ੋਰ ਅਪੀਲ ਆ ਵੀ ਸਾਰੇ ਕੰਮ ਛੱਡ ਕੇ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਕਰਾਈ ਜਾਵੇ, ਉਸਦਾ ਪਾਣੀ ਜਿਹੜਾ ਸਾਫ਼ ਕਰਾਇਆ ਜਾਵੇ। ਸਤਲੁਜ ਦਰਿਆ ਦੇ ਵਿੱਚ ਤਾਂ ਅਸੀਂ ਤਾਂ ਮੈਂ ਕਹਿੰਦਾ ਨਾ ਵੀ ਇਹ ਸਤਲੁਜ ਦਰਿਆ ਦੇ ਵਿੱਚ ਜਾਂਦਾ ਉਹ ਕਿੱਥੇ ਬੀਕਾਨੇਰ ਤੱਕ ਜਾਂਦਾ, ਜਿਹੜਾ ਉੱਥੇ ਆਲੇ ਆਸੇ ਪਾਸੇ ਤਾਂ ਨਹਿਰਾਂ ਜਾਂਦੀਆਂ ਨੇ, ਉਹ ਲੋਕ ਬਿਮਾਰ ਹੋਈ ਜਾਂਦੇ ਆ, ਕੈਂਸਰ ਬਣਦਾ ਜੀ। ਔਰ ਰੁਪਈਏ ਤਾਂ ਚੱਕੀ ਫਿਰਦੇ ਆ, 650 ਗ੍ਰਾਮ ਰਿਵਣੀ ਦੀ ਪੱਟੂ ਦੇ ਨਹੀਂ ਪਤਾ ਲੱਗਿਆ ਕਿੱਥੇ ਰੱਖੇ ਆ, ਕਿਹੜੀ ਬੈਂਕ 'ਚ ਆ। ਹੁਣ ਉਹ ਆ ਗਏ, ਹੁਣ ਨਵਾਂ 650 ਆ ਗਿਆ। ਮੈਂ ਪੁੱਛਣਾ ਚਾਹੁੰਦਾ ਵੀ ਕਿਹੜੀ ਬੈਂਕ 'ਚ ਪਏ ਆ ਰੁਪਈਆ? ਕਿਰਾ ਅਤੇ ਆਸੂ ਜੀ ਨੇ ਤਾਂ ਨਵਾਂ ਹੀ ਪੰਗਾ ਲੈ ਲਿਆ ਸੀਗਾ, ਉਹਨੇ ਬੁੱਢੇ ਨਾਲੇ ਵਿੱਚ ਸਾਫ਼ ਪਾਣੀ ਪਾਤਾ, ਕਹਿੰਦੇ 200 ਕਰੋੜ ਲੱਗ ਗਿਆ, ਉਹ ਸਾਫ਼ ਪਾਣੀ ਵੀ ਖਰਾਬ ਕਰਤਾ। ਮੈਨੂੰ ਨਹੀਂ ਪਤਾ ਇਹਦੇ ਦਿਮਾਗ ਕਿੱਦਾਂ ਦੇ ਬਣੇ ਹੋਏ ਆ। ਅਤੇ ਨਾਲੇ ਇੱਕ ਗੱਲ ਹੋਰ ਵੀ ਆ, ਆਸੂ ਜੀ ਤਾਂ ਘਰੇ ਬਹਿ ਗਏ ਆ, ਹੁਣ ਰਮਣੀ ਦੀ ਪੱਟੂ ਦੀ ਵਾਰੀ ਆ। ਹਾਂ, ਚੈਲੇਂਜ ਬਾਈ, ਮੈਂ ਵੱਡਾ ਕੰਮ ਕਰਨਾ ਵਾ ਪੱਤਰਕਾਰ ਵੀਰੋ, ਤੁਹਾਨੂੰ ਪਤਾ ਲੱਗ ਜੂਗਾ ਮੈਂ ਬਹੁਤ ਵੱਡਾ ਕੰਮ ਕਰਨਾ। ਮੈਂ ਚੈਲੇਂਜ ਨਹੀਂ ਮੈਂ ਦੱਸ ਸਕਦਾ ਕਰਾਂ ਇਹਨਾਂ ਨੂੰ। ਅੱਜ ਦਾ ਬਾਈ ਚੈਲੇਂਜ ਆਹ, ਜਿਹਨਾਂ ਨੇ ਕੰਮ ਨਾ ਕੀਤਾ ਬਸ ਕੁੱਤੇ ਖਾਣੀ ਮੇਜ ਤਾਂ ਹੋਈ ਜਾਂਦੀ ਆ। ਮੈਨੂੰ ਸਰ ਮਾਉਣ ਲੱਗ ਗਈ ਧਰਨੇ ਲਾ ਕੇ, ਇਹਨਾਂ ਦੀ ਮੈਂ ਕੁੱਤੇ ਖਾਣੀ ਰੱਜ ਕੇ ਕਰੂੰਗਾ। ਮੈਂ ਕਹਿੰਦਾ ਜੀ ਇੱਕ ਗਲਾਸ ਪਾਣੀ ਪੀਓ, 2000 ਰੁਪਏ ਪਾਓ, 10 ਪੀਓ ਬੁੱਢੇ ਨਾਲੇ ਦਾ, ਦਰਿਆ ਦਾ, ਜਿਹੜੇ ਲੋਕ ਪੀਂਦੇ ਆ।
मौजूदा एम एल ए एम पी जिहड़े साबका एम एल ए एम पी जिन्होंने बुढ़े नाल ते सियासत की उन्हां वास्ते जिन्होंने वोट लाए जिन्होंने साफ पानी गंदा पानी पाया गंदे च साफ पाया उन्होंने वास्ते बंपर जो कोई 20 गिलास पानी पीऊगा 42,000 भी देवांगे खाली किसी का नहीं जाना बस गल खत्म इतने एम एल ए एम पी सारे इतने आए कले कले घर भी जावे चिंता ना करो मैं मैसेज पाए व्हाट्सएप से पाए थे वैसे मैंने ब्लॉक कर देंगे आ लोग तो मेरा फोन भी नहीं चकते करा क्योंकि थोड़ी मोटी शर्म जी महसूस कर लग गए मेरे तो कोई गल नहीं मेरे भरा ही है कोई नहीं मारा ब्लॉक रवनीत बिट्टू का चुकते ही नहीं फोन ही नहीं चुकते आह तो रवनीत बिट्टू तो मैं बेनती करता वा जमानत जब्त हो जानी आ गल घट कर तू करा कम ज्यादा कर कम तू डी करता रवनीत बिट्टू की मम्मी शिकायत लान भी गई मम्मी नहीं मिली सू वोटा जी वो मिलती होंगी आदमी मम्मी साड़ी माता जी आना बच्चे जोड़े लीडर ने बच्चे साढ़े बच्चे ने करा तो उन्हों भैन साढ़िया भैन ने असं कहने भी साढ़े बच्चों ना मारो तो असं तो बच्चे बच्चे मानते भी साढ़े बच्चे आपके बच्चे मनो।